हाँ जी, अस्सलाम वालेकुम अमित के साथ सारे पिना परा ठीक हो सो, लश्के हो सो, खड़के हो सो और लहरा भी हो सो। जी बिल्कुल, मैं मंसूर जट। आज असं खलते हैं बाड़ी च। तुसें पता क्योंकि मक्का कणक मक्का और घा कपने का सीजन शुरू है, तो हूँ जनाब पिछले दिन सो गड्डियां बनी दी। आज तुसें प्रॉपर एक देसी माहौल दसने जट जिम्मेदार जनाब उस बाड़ियों काम करी दे, गड्डियां बनी दे। राती बारिश हुई है बहुत ज्यादा, बारिश ज्यादा हुई है, उसने सिलसिले जनाब कम शम करी दे। ऐ तो कोई ब्रेम जट साहब सही गुस्से जनाब, इन्हें घरों है ने पानी की नीचो तो इतना गुस्सा पानी नहीं दे सकना है कार बंदे। ये तो कोई ऐ तो को जी ब्रेम जट बहुत मस्ती करता है, पानी घर ने पानी दो, पानी निकाल बाड़ी दिन डेन लगी हुई। ये तो कुछ प्रॉपर पुरानी याद है, पता पुराने जमाने सिस्टम हुआ जरा ये वो याद इन्हें ताजा करी है जी। पानी उई, उई, उई। ਐ ਤਾਂ ਕਹੋ ਜੀ ਜਨਾਬ, ਤੁਸੀਂ ਕੀ ਦੱਸਣੀਆਂ ਮੱਕਾਂ ਹੁਣ, ਮੱਕਾਂ ਖੁੰਮਾ ਜਨਾਬ ਸਹੀ ਲੱਗੀਆਂ ਤੱਕਣੇ ਸੋ ਸਹੀ ਲਸ਼ਕੀਆਂ ਖੜਕੀਆਂ। ਸ਼ਰਾ ਸਾਹਿਬ ਚਾਹ ਇੱਕ ਨਾਣੀ ਚਾਹ ਟੀ ਬ੍ਰੇਕ ਟੀ ਬ੍ਰੇਕ ਤੱਕੋ ਜੀ ਰਿਆਣ ਬੱਟਿਆਂ ਦੇ ਗਾਣਾ ਪਰਿਆ ਐ ਸ਼ਰਾ ਸਾਹਿਬ ਤੋਂ ਕੋਈ ਨਿੱਕੀ ਜਿਹੀ ਕਲੀਅਰ ਸ਼ੇਡ ਲਈ ਆਉਂਦੀ ਨੇ ਐ ਬੰਦਿਆਂ ਕੀ ਚਾਹ ਦੇ ਰਹੇ, ਬੰਦਿਆਂ ਕੀ ਚਾਹ ਦੇ ਰਹੇ ਜਨਾਬ ਖਿਦਮਤ ਕਰੀ ਰਹੇ। ਬਿਲਕੁਲ ਜੀ ਮੇਰੇ ਸਿਸਟਰ ਜਨਾਬ ਰਿਆਣ ਬੱਟਿਆਂ ਦੇ ਗਾਣਾ ਮਜੂਸਾ ਜਨਾਬ ਬਹੁਤ ਕਹਿੰਦਾ ਇਸ ਜਨਾਬ ਜ਼ਿੰਦਗੀ ਦੀ ਚਾਹ ਸ਼ਾਹ ਠੀਕ ਹੋ ਔਰ ਕਿਆ ਖਬਰ ਹੈ ਜਨਾਬ ਸ਼ਰਾ ਦਾ ਮੁਰਾਦ ਇਹ 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 ਕਿਵੇਂ ਰੇਵੜੀ ਨੇ ਸਾਧਰੋਂ ਐਪਰੀਸ਼ੀਏਟ ਕਿਤਨਾ ਟਾਈਮ ਰਹੇ ਨੇ ਇੱਧਰ ਇਹ ਲੋਕ ਬੜੇ ਆਪੋ ਖੁਦ ਟੀੜ ਸੱਟੀ ਹੋਈ ਹੈ ਕਿਆ ਵਜ੍ਹਾ ਟੀੜ ਸੱਟੀ ਹੋਈ ਹੈ ਜਾਂਦੇ ਖਾਣੇ ਵਾ ਖਾਣਾ ਗਏ ਆ ਇੱਕ ਰੋਟੀ ਖਾਣੇ ਆ ਛੋਟਾ ਬੱਚਾ ਬਾਲ ਕੱਟਦਾ ਹੈ ਸ਼ੈਂਪੂ ਲਾਈ ਰਹੇ ਚੱਕੀ ਇੱਥੋਂ ਛਾਪੜ ਛਾਪੜ ਭਾਈ ਕੱਢੀ ਰਹੇ 2 ਕਿਲੋ ਆਟਾ ਸੱਜ ਦਿਓ ਹਾਂ 2 ਕਿਲੋ ਆਟਾ ਹੋਗੇ ਇਨਸਾਨ ਪਰ ਨਹੀਂ ਬਸ ਨੂੰ ਕਿਹੜੇ ਗੁੱਥੇ ਜੂ ਐ ਗੁੱਥਾ ਦੇਖੋ ਇੱਥੋਂ ਆਟਾ ਐ ਦੇਖੋ ਆਟਾ ਕੱਢੀ ਰਹੇ ਜਨਾਬ ਹੁਣ ਆਟਾ ਖੜਸਾਂ ਮਾਸ਼ਾਲਾ ਬਹੁਤ ਅੱਛਾ ਆਟਾ ਹੈ ਅੱਗੇ ਆਟਾ ਖੜੇ ਸਿੱਧੂ ਨੂੰ ਜਾਵਾਂ ਮੈਂ ਕਿੰਨੇ ਆ ਜੀ ਮੁਗਲ ਸਾਹਿਬ ਕੁਦ ਖਲਦੇ ਹੋ ਬਾ ਜੀ ਆਟਾ ਪਾਉਣੇ ਤਾਂ ਆਇਆ ਸੀ ਮੈਂ ਸੁੱਕਾ ਹੋ ਗਿਆ ਤਾਂ ਉਹ ਅੱਛਾ ਹਾਂ ਤਾਂ ਆਟਾ ਚੰਗਾ ਹੋਣਾ ਖਾਣੇ ਲਈ ਅੱਛਾ ਤਾਂ ਸਿਹਤ ਕੇ ਲਈ ਖੜਕਾ ਕੇ ਮੱਕਾ ਘਰ ਰਹਿਣ ਸਾਹਿਬ ਦੀ ਦੁਕਾਨ ਚੱਕੀ ਹੈ ਜਿਹੜੇ ਕਿ ਮਗਾ ਪਰ ਹਰਿਆਣਾ ਚ ਅੱਛੋ ਅੱਛਾ ਤਾਂ ਰਹਿਣ ਸਾਹਿਬ ਦੀ ਦੁਕਾਨ ਵਿੱਚੋਂ ਮਸ਼ੀਨਾਂ ਦਾ ਅੱਛੋ ਦਾ ਬੜਾ ਅੱਛਾ ਆਟਾ ਪੀਤਾ ਹੈ ਰਹਿਣ ਬੜਾ ਅੱਛਾ ਬਣਾਇਆ
ਬਿਲਕੁਲ ਜਨਾਬ, ਥੱਕੀ ਸਕਦੇ ਹੋ, ਸ਼ਾਮ ਦਾ ਟਾਈਮ ਹੋਈ ਗਿਆ ਤਾਂ ਸਾਡੇ 4 ਮਿੰਟ ਘਟਣੇ ਸੀ ਵੀਡੀਓ, ਅਸੀਂ 4 ਮਿੰਟ ਪੂਰੇ ਕਰਾਂ ਸਾਰਾ ਹੁਣ, ਕੱਲ ਇਨਸ਼ਾਅੱਲਾ ਅੱਗੇ ਦੁਹਰਾ ਉਸੀ ਫਿਰ ਵੀਡੀਓ ਬਣਾ ਸਕਾਂਗੇ ਸ਼ਹਿਰਾਂ ਦੀਆਂ। ਤਾਂ ਬਾਕੀ ਤੁਸੀਂ ਕੀ ਮਾਲਟੇ ਦੱਸੀ ਸਕਦੇ ਹੋ? ਤੱਕੋ ਜੀ ਮਾਲਟੇ ਅਜੇ ਵੀ ਸੂਰਤ ਹਾਲ ਉਹ ਹੀ ਹੈ, ਕਿਉਂਕਿ ਅਜੇ ਵੀ ਇਹ ਟੇਣੇ ਪੀਲੇ ਪੀਲੇ ਹੋਏ ਤਾਂ ਟੇ ਪਏ, ਇਸ ਵਾਰੀ ਮਾਲਟੇ ਕਾਫੀ ਟੁੱਠੇ ਨੇ ਐਤਕੋ, ਹੋਰ ਚੇਨ ਦਾ ਹੋਰ ਟੱਠੇ ਵੇ ਤੱਕ ਸਕਦੇ ਹੋ। ਬਾਕੀ ਹੁਣ ਐਤਕੋ ਜੀ ਗੁਰ ਸਿੰਘ ਚੀਜ਼ ਚੱਕ ਰਹੇ ਆ ਕਚਮਾਚ, ਕਿਹੜਾ ਕੋਈ ਬੰਦਾ ਕਚਮਾਚ ਜਾਣਾ ਆ, ਆਉਣੇ ਉਹਨੇ ਕਚਮਾਚਾਂ ਨਾਲ ਸਾਗ ਪਕਾਇਆ। ਤੁਸੀਂ ਪਤਾ ਪੁਰਾਣੇ ਜ਼ਮਾਨੇ 'ਚ ਆਉਣੇ ਸੀ ਕਚਮਾਚ। ਐਤਕੋ ਜੀ ਕਚਮਾਚ ਤੁਸੀਂ ਦੱਸਣੇ ਆ, ਇੰਤਹਾਈ ਖੂਬਸੂਰਤ ਬੂਟਾ ਲੱਗੇ ਆ ਬੇੜੇ, ਕਿਹੜੇ ਕਿਹੜੇ ਬੰਦੇ ਕਚਮਾਚਾਂ ਨਾਲ ਸਾਗ ਪਕਾਉਣਾ। ਸੋ ਕਚਮਾਚ ਅਤੇ ਆਲੂ ਇਹ ਸਪੈਸ਼ਲ ਵੀਡੀਓ ਹੋਣੀ ਹੈ ਪਰਦੇਸੀਆਂ ਦੇ, ਜਿਹੜੇ ਦੱਸੋ ਕਚਮਾਚ ਆਲੂ ਮਕੌੜੇ ਬਈ ਤਾਂ ਪਕਾਉਣੇ ਦੱਸਣ ਕਚਮਾਚਾਂ ਦਾ ਸਾਗ। ਬਾਕੀ ਕਿਆ ਬੂਟਾ ਲੱਗਿਆ, ਕਿਆ ਬੂਟਾ ਲੱਗਿਆ ਤਾਂ ਕਿਸ ਕਨੀ ਉਹ ਇਹ ਵੀ ਜਨਾਬ, ਇਹ ਵੀ ਕਚਮਾਚਾਂ ਸਾਗ ਹੈ, ਕਚਮਾਚਾਂ ਬੂਟਾ। ਬਾਕੀ ਇੱਥੇ ਕਾਫੀ ਕਚਮਾਚ ਲੱਗੇ ਆ, ਤਕਣੇ ਦੱਸੋ ਬਹੁਤ ਜ਼ਿਆਦਾ ਲੱਗੇ ਆ। ਅਸਾਂ ਭਰੂ ਮੱਕ ਦੱਸਣੇ ਹਾਂ ਹੁਣ, ਤਕਣੇ ਦੱਸੋ ਇਹ ਭਰੂ ਮੱਕ ਦੱਸੀ ਰਹੇ ਹਾਂ, ਮੱਕਾਂ ਕਾਫੀਆਂ ਬੜੀਆਂ ਹੋਈਆਂ, ਤਕਣੇ ਦੱਸੋ ਕਿੰਨੀਆਂ ਜ਼ਿਆਦਾ ਉੱਚੀਆਂ ਹੋਈਆਂ, ਔਰ ਖੁੰਮਾਂ ਹੀ ਪੱਕੀਆਂ ਇਨਸ਼ਾਅੱਲਾ। ਇੱਕ ਵਾਰੀ ਖੁੰਮਾਂ ਤੁਸੀਂ ਦੱਸਾਂ ਭੁੰਨੀ ਤੇ, ਤਾਂ ਬਾਕੀ ਹੋਰ ਸੇਮ ਹੋਰ ਦੱਸਣੇ ਆ। ਸ਼ਾਮ ਦਾ ਟਾਈਮ ਹੈ ਬਿਲਕੁਲ, ਤੱਕੋ ਜੀ ਪਰਿੰਦੇ ਬੋਲੀ ਦੇ ਬੱਲੇ ਬੱਲੇ, ਇਹ ਤਾਂ ਖਮੋਸ਼ੀ, ਹਰ ਬੰਦਾ ਕੰਮੇ ਲੱਗਿਆ, ਜਿਹਨਾਂ ਮੰਝੀਆਂ ਮਾਰ ਰੱਖੀਆਂ ਨੇ ਉਹ ਸਾਰੇ ਕਾਸ਼ਾ ਕੱਪੜੇ ਇਕੱਠਾ ਕਰਨੇ ਲੈ ਰਹਿਚਣੇ ਲੱਗੇ ਵੇ, ਕਿਉਂਕਿ ਤੁਸੀਂ ਪਤਾ ਹੁਣ ਰੋਜ਼ ਰਾਤੀ ਬਾਰਿਸ਼ ਹੋ ਜਾਣੀ ਹੈ, ਇਸ ਸਮੇਂ ਬੰਦੇ ਕਾਸ਼ ਸੰਭਾਲ ਲੈਣ। ਇਹ ਉਹ ਬਗਲੇ ਨਾਲ ਟੋਲਾ ਜਾ ਰਿਹਾ, 4-5 ਜਾ ਰਿਹਾ, ਦੱਸੋ ਰੋਜ਼ ਸ਼ਾਮੀ ਇਹ ਜਾਣੇ ਲੱਗਿਆ ਪਿੱਛੇ ਫਿਰਨੇ ਤੁਰਨੇ ਤੇ। ਇਨਸ਼ਾਅੱਲਾ ਅੱਜ ਦੀ ਵੀਡੀਓ ਜੀ ਸਾਹਮਣੇ ਰਹੀ ਹਾਂ, ਇਹ ਇੱਕ ਸਿੰਪਲ ਜਿਹੀ ਵੀਡੀਓ ਸੀ, ਕੋਈ ਖਾਸ ਵੀਡੀਓ ਨਹੀਂ। ਇਹ ਤਾਂ ਕੋਈ ਸਾਡਾ ਗੁੱਡੂ ਵੀ ਮਾਸ਼ਾਅੱਲਾ ਬੈਠੇ ਆ, ਗੁੱਡੂ ਖੇਡੀ ਰਿਹਾ, ਗੁੱਡੂ ਸਾਹਿਬ ਰੋਟੀ ਮੰਗਤੇ ਹੈ, ਰੋਟੀ ਨਹੀਂ ਸਾਂ ਦਿੱਤੀ ਆ ਬੂਮਾਰੀ, ਲੇਕਿਨ ਗੁੱਡੂ ਦੀਆਂ ਦੂਈਆਂ ਬਿੱਲੀਆਂ ਬੰਦੀ ਘੁਰ ਗਈਆਂ, ਦੂਈਆਂ ਬਿੱਲੀਆਂ ਘੁਰ ਗਈਆਂ, ਗੁੱਡੂ ਕੀ ਅੱਖੀਆਂ ਲਹਿਰ ਲੈਣੀ ਸੀ ਇਸ ਨਹੀਂ ਵੀਡੀਓ ਨਹੀਂ ਹੈ, ਗੁੱਡੂ ਦੂਈਆਂ ਬਿੱਲੀਆਂ ਘੁਰ ਗਈਆਂ ਨੇ, ਚਿੱਟੀਆਂ ਘੁਰ ਗਈਆਂ ਬਿੱਲੀਆਂ, ਇਕੱਲੇ ਫਿਰਨੇ ਅੱਜ ਕੱਲ੍ਹ ਹੈਂ ਹੈ ਗੁੱਡੂ ਓਏ, ਤੱਕ ਗੁੱਡੂ ਨੱਸ ਰਿਹਾ ਹੈ, ਖੇਡ ਰਿਹਾ ਹੈ, ਰੋਟੀ ਪਹਿਲੇ ਲੱਗੀ ਗਏ, ਕੌਣ ਖਾਧੀ, ਓਹੋ ਇਹਦੇ ਕੋਲ ਰੋਟੀ ਪਈ ਸੀ, ਪਹਿਲੇ ਲੱਗੀ ਗਈ ਹੈ, ਇਹਨਾਂ ਕੌਣ ਖਾਧੀ, ਹੁਣ ਤਾਜ਼ੀ ਰੋਟੀ ਪਾ ਖਾਂ, ਠੀਕ ਹੈ ਠੀਕ ਹੈ, ਇਹ ਮੂੰਹ ਬਾਕੀ ਅਸੀਂ ਫੁੱਲ ਗੁਲਾਬਾਂ ਨੇ ਫਿਰ ਬੂਟਾ ਦੱਸਣੇ ਅੱਜ, ਅੱਜ ਵੀਡੀਓ ਇੱਥੇ ਐਂਡ ਕਰਸਾਂ। ਆਹ ਤੱਕ ਕਿੰਨੇ ਸੋਹਣੇ ਫੁੱਲ ਲੱਗੇ ਮਾਸ਼ਾਅੱਲਾ, ਤਾਂ ਹੀ ਖੂਬਸੂਰਤ ਫੁੱਲ, ਆਹ ਤੱਕ ਕਿਸੇ ਕਿਸੇ ਫੁੱਲ ਜੀ, ਗੁਲਾਬ ਦੇ ਫੁੱਲ ਜਨਾਬ ਫਿਰ ਸ਼ੁਰੂ ਹੋਈ ਗਏ। ਕੁਝ ਬੂਟੇ ਇਹ ਜਿਹੜੀਆਂ ਤਾਰਾਂ ਜਿਹੜੀਆਂ ਬੈਠੀਆਂ, ਇਹ ਬੁਲਬੁਲਾਂ ਬੜੇ ਅਰਸੇ ਬਦਲੀਆਂ,
ਵਾਹ।